ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਕਿਸਾਨ ਸੰਘਰਸ਼ ਇਸ ਵਕਤ ਵੀ ਜਾਰੀ ਹੈ ਲਗਾਤਾਰ ਵੱਖ-ਵੱਖ ਬਾਰਡਰਾਂ ਤੋਂ ਖਬਰਾਂ ਆ ਰਹੀਆਂ ਕਿ ਕਿਸਾਨ ਡਟ ਕੇ ਬੈਠੇ ਹੋਏ ਆ ਪਰ ਇਸੇ ਦਰਮਿਆਨ ਬਹੁਤ ਸਾਰੀਆਂ ਖਬਰਾਂ ਇਹੋ ਜਿਹੀਆਂ ਜਿਹੜੀਆਂ ਕਿ ਚਿੰਤਨ ਪੈਦਾ ਕਰਦੀਆਂ ਜਿਹੜੀਆਂ ਕਿ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦੀਆਂ ਕਿ ਆਉਂਦੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਦੇ ਪ੍ਰਤੀ ਕੇਂਦਰ ਦੀ ਸਰਕਾਰ ਦਾ ਕੀ ਰਵੱਈਆ ਹੋਊਗਾ ਕੀ ਇਸ ਮਸਲੇ ਦਾ ਹੱਲ ਨਿਕਲੂਗਾ ਕੇਂਦਰ ਦੀ ਸਰਕਾਰ ਦੇ ਮੰਤਰੀ ਇਹ ਗੱਲ ਵਾਰ-ਵਾਰ ਕਹਿ ਰਹੇ ਆ ਕਿ ਪੰਜਾਬ ਦੀ ਜੋ ਵਿੱਚ ਸਾਡੇ ਨਤੀਜੇ ਆਏ ਆ ਯਾਨੀ ਕਿ ਸਥਾਨਕ ਸਰਕਾਰਾਂ ਚੋਣਾਂ ਦੇ ਨਤੀਜੇ ਆਏ ਆ ਉਹਦੇ ਵਿੱਚ ਜਿਹੜਾ ਸਾਨੂੰ ਝਟਕਾ ਲੱਗਾ ਇਹ ਕੋਈ ਖੇਤੀ ਕਾਨੂੰਨ ਦੇ ਕਰਕੇ ਕਿਸਾਨਾਂ ਦੇ ਅੰਦੋਲਨ ਕਰਕੇ ਨਹੀਂ ਲੱਗਾ ਕਿਉਂਕਿ ਲੰਘੇ ਜੜੀ ਨਰਿੰਦਰ ਸਿੰਘ ਤੋਮਰ ਜਿਹੜੇ ਕਿ ਭਾਰਤ ਦੇ ਖੇਤੀਬਾੜੀ ਵਿਭਾਗ ਦੇ ਮੰਤਰੀ ਆ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਬੜੀ ਸਾਫ਼ ਤੇ ਸਪਸ਼ਟ ਕਿ ਸਾਡਾ ਅਕਾਲੀ ਦਲ ਬਾਦਲ ਦੇ ਨਾਲੋਂ ਗੱਠਜੋੜ ਟੁੱਟਿਆ ਜਿਹਦੇ ਕਰਕੇ ਸਾਨੂੰ ਐਤਕੀ ਝਟਕਾ ਲੱਗਾ ਪਰ ਇਹਦੇ ਪਿੱਛੇ ਕੋਈ ਕਿਸਾਨ ਜ਼ਿੰਮੇਵਾਰ ਨਹੀਂ ਹੈ ਇਦੇ ਪਿੱਛੇ ਅੰਦੋਲਨ ਦਾ ਇੱਕ ਵੀ ਫੀਸਦੀ ਕਾਰਨ ਨਹੀਂ ਹੈ ਹੁਣ ਸਵਾਲ ਅਗਲਾ ਇਹ ਪੈਦਾ ਹੁੰਦਾ ਵੀ ਜਦੋਂ ਕੇਂਦਰ ਦੇ ਮੰਤਰੀ ਇਹ ਗੱਲ ਕਹਿੰਦੇ ਕੋਣ ਕਿ ਅਸੀਂ ਖੇਤੀ ਕਾਨੂੰਨ ਦੇ ਮੁਤਲਕ ਜਿਹੜੀ ਸੋਚ ਸਾਡੀ ਪਹਿਲਾਂ ਉਹ ਬਿਲਕੁਲ درست ਹੈ ਜਿਹੜੇ ਖੇਤੀ ਕਾਨੂੰਨ ਆ ਇਹ ਬਿਲਕੁਲ ਸਹੀ ਹੈਗੇ ਆ ਇਹ ਕਿਸਾਨ ਗੁੰਮਰਾਹ ਹੋ ਚੁੱਕੇ ਆ ਇਹ ਤਾਂ ਜੀ ਕਿਸੇ ਮਸਲੇ ਦਾ ਹੱਲ ਕੱਢ ਕੇ ਨਹੀਂ ਰਾਜ਼ੀ ਇਹ ਤਾਂ ਜੀ ਆਪ ਹੀ ਨਹੀਂ ਮੀਟਿੰਗ ਕਰਕੇ ਰਾਜ਼ੀ ਸੋ ਫਿਰ ਇਸ ਮਸਲੇ ਦਾ ਹੱਲ ਨਿਕਲੂਗਾ ਕਿੱਥੇ ਦੁਨੀਆ ਭਰ ਦੇ ਵਿੱਚ ਵਸਦੇ ਲੋਕ ਆ ਜਿਹੜੇ ਉਹ ਇਸ ਗੱਲ ਦਾ ਸਵਾਲ ਇੱਕ ਦੂਜੇ ਨੂੰ ਵੀ ਕਰਦੇ ਆ ਜਿੱਥੇ ਚਾਰ ਬੰਦੇ ਬੈਠਦੇ ਉੱਥੇ ਇਸ ਗੱਲ ਦੀ ਚਰਚਾ ਜ਼ਰੂਰ ਛੱਡਦੀ ਆ ਪਰ ਇਸ ਗੱਲ ਦੇ ਉੱਤੇ ਚਰਚਾ ਕਰਨ ਤੋਂ ਪਹਿਲਾਂ ਦੋ ਤਿੰਨ ਦੁਖਦਾਈ ਖਬਰਾਂ ਜਿਹੜੀਆਂ ਕਿ ਸਾਂਝੀਆਂ ਕਰਨੀਆਂ ਬਣਦੀਆਂ ਦਸੂਹੇ ਦੇ ਵੱਲ ਪਿੰਡ ਹੈਗਾ ਮੱਦੀਪੁਰ ਇਸ ਪਿੰਡ ਦੇ ਦੋ ਕਿਸਾਨਾਂ ਨੇ ਯਾਨੀ ਕਿ ਪਿਓ ਪੁੱਤ ਨੇ ਪਿਓ ਦੀ ਉਮਰ ਹੈ ਲਗਭਗ 70 ਸਾਲ ਤੇ ਪੁੱਤ ਦੀ ਉਮਰ ਹੈ ਲਗਭਗ 45 ਸਾਲ ਦੋਵਾਂ ਜਣਿਆਂ ਨੇ ਯਾਨੀ ਕਿ ਪਿਓ ਪੁੱਤ ਨੇ ਖੁਦਕੁਸ਼ੀ ਕੀਤੀ ਹੈ ਤੇ ਖੁਦਕੁਸ਼ੀ ਨੋਟ ਦੇ ਵਿੱਚ ਇਹ ਗੱਲ ਲਿਖੀ ਆ ਕਿ ਕਰਜ਼ੇ ਦੇ ਕਰਕੇ ਤੇ ਜਿਹੜੇ ਕੇਂਦਰ ਦੇ ਕਾਲੇ ਕਾਨੂੰਨ ਆ ਇਹਨਾਂ ਦੇ ਕਰਕੇ ਅਸੀਂ ਖੁਦਕੁਸ਼ੀ ਕਰਨ ਲੱਗੇ ਆ ਖੇਤੀਬਾੜੀ ਬਹੁਤ ਘਾਟੇਵੰਦਾ ਤਾਂ ਦਮੜ ਚੁੱਕਿਆ ਤੇ ਸਾਡੀਆਂ ਫਸਲਾਂ ਲੁੱਟੀਆਂ ਜਾਣੀਆਂ ਸਾਡੀਆਂ ਜ਼ਮੀਨਾਂ ਖਸ ਜਾਣੀਆਂ ਤੇ ਕੇਂਦਰ ਦੀ ਸਰਕਾਰ ਦੇ ਉੱਤੇ ਉਲੰਘਿਆ ਦੀ ਪੰਡ ਹੈਗੀ ਆ ਹੁਣ ਬੇਸ਼ੱਕ ਇਹ ਗੱਲ ਕਹੀ ਜਾਵੇ ਕਿਉਂਕਿ ਤੋਮਰ ਸਾਹਿਬ ਤਾਂ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਕਹਿ ਦਿੰਦੇ ਆ ਤੇ ਬਹੁਤ ਸਾਰੀ ਹੋਰ ਥਾਵਾਂ ਦੇ ਉੱਤੇ ਵੀ ਕਹਿੰਦੇ ਆ ਕਿ ਸਾਡੇ ਕੋਲੇ ਤਾਂ ਮਰਨ ਵਾਲਿਆਂ ਦਾ ਰਿਕਾਰਡ ਹੀ ਕੋਈ ਨਹੀਂਗਾ ਪਿਛਲੇ ਦਿਨੀ ਆਪਾਂ ਜਾਣਦੇ ਹਰਿਆਣੇ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਮਰਨ ਵਾਲੇ ਆਪਣੀ ਸਵੈ ਇੱਛਾ ਨਾਲ ਮਰ ਰਹੇ ਆ ਉਹ ਕੋਈ ਸਾਡੇ ਕਹਿਣ ਦੇ ਉੱਤੇ ਨਹੀਂ ਬੈਠੇ ਇੰਉਂ ਤਾਂ ਬੰਦੇ ਮਾਰੀ ਜਾਂਦੇ ਹੁੰਦੇ ਜੇਕਰ ਇਹ ਘਰ ਦੇ ਵਿੱਚ ਵੀ ਬੈਠੇ ਹੁੰਦੇ ਤਾਂ ਵੀ ਤਾਂ ਮਰ ਜਾਣੇ ਸੀ ਇਥੋਂ ਉਹਨਾਂ ਦੀ ਸਮੇਦਨਸ਼ੀਲਤਾ ਦਾ ਪਤਾ ਲੱਗਦਾ ਹੋਰ ਅਗਲੀ ਦੁੱਖ ਦੀ ਗੱਲ ਇਹ ਹੈ ਸੋਨੀਪਤ ਦਾ ਇੱਕ ਕਿਸਾਨ ਆ ਜਿਹੜਾ ਕਿ ਟਿਕਰੀ ਬਾਰਡਰ ਦੇ ਉੱਤੇ ਮੌਤ ਦੀ ਬੁੱਕਲ ਦੇ ਵਿੱਚ ਜਾ ਪਿਆ ਸ਼ਹੀਦ ਹੋ ਗਿਆ। ਉਹਦਾ ਪੋਸਟਮਾਰਟਮ ਕਰਵਾਇਆ ਗਿਆ। ਉਸ ਤੋਂ ਬਾਅਦ ਜਿਹੜੀ Laash ਆ ਉਹ ਫ੍ਰੀਜ ਦੇ ਵਿੱਚ ਰੱਖ ਦਿੱਤੀ ਗਈ ਜਿੱਥੇ ਆਪਾਂ ਰੱਖਦੇ ਆ Laash ਨੂੰ ਸਮਾਂਹਣ ਦੇ ਲਈ ਦੇ ਸੰਭਾਲ ਕੇਂਦਰ ਦੇ ਵਿੱਚ। ਉੱਥੇ ਚੂਹੇ ਸੀਗੇ ਸਰਕਾਰੀ ਹਸਪਤਾਲ ਦੇ ਵਿੱਚ। ਉਸ ਤੋਂ ਬਾਅਦ ਚੂਹੇ ਆ ਜਿਹੜੇ ਉਹਦੇ ਪੈਰ ਨੂੰ ਵੀ ਖਾ ਗਏ ਕਿਸਾਨ ਦੇ ਨੂੰ, ਉਹਦੀ ਅੱਖ ਨੂੰ ਵੀ ਖਾ ਗਏ ਆ। ਹੁਣ ਇਸ ਮਾਮਲੇ ਦੇ ਉੱਤੇ ਨਵਾਂ ਸਵਾਲ ਉੱਠਿਆ ਕਿ ਕੇਂਦਰ ਦੀ ਸਰਕਾਰ ਵਾਰ-ਵਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ 70 ਸਾਲ ਦੇ ਵਿੱਚ ਜੋ ਕੁਝ ਨਹੀਂ ਹੋਇਆ ਉਹ ਕੁਝ ਕਰ ਦਿੱਤਾ। ਲਾਸ਼ਾਂ ਇਥੇ ਤੂਹੇ ਖਾਂਦੇ ਆ ਤਾਂ ਸਿੱਖਿਆ ਦੇ ਮਾਮਲੇ 'ਚ ਸਿਹਤ ਦੇ ਮਾਮਲੇ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਮਾਮਲੇ ਦੇ ਵਿੱਚ ਕਿਹੜਾ ਐਸਾ ਸੁਧਾਰ ਕੀਤਾ ਵੀ ਜਿਹਦੇ ਬਾਬਤ ਆਪਾਂ ਜ਼ਿਕਰ ਕਰਦੇ ਥੱਕਦੇ ਨਹੀਂ ਸੋ ਕਿਸਾਨ ਨੂੰ ਜਿਉਂਦੇ ਜੀ ਸਰਕਾਰਾਂ ਖਾਂਦੀਆਂ कि जदों किसान मौतली बुकल ਦੇ ਵਿੱਚ ਚਲਾ ਗਿਆ ਤਾਂ ਤੁਹਾਡੇ ਮਾੜੇ ਪ੍ਰਬੰਧਾਂ ਦੇ ਕਰਕੇ ਉਹਨੂੰ ਚੂਹੇ ਖਾ ਜਾਂਦੇ ਆ ਇਹ ਅੱਜ ਦੀ ਕੁੱਲ ਸਥਿਤੀ ਬਣੀ ਹੋਈ ਹੈ ਮੰਨिए ਜਾਂ ਨਾ ਮੰਨिए ਇਸ ਵਕਤ ਸੰਕਟ ਦੇ ਵਿੱਚ ਭਾਰਤ ਗੁਜ਼ਰ ਰਿਹਾ ਪਰ ਜਿਹੜੀ ਅੰਨੀ ਭਗਤੀ ਹੈ ਉਹ ਕੋਈ ਵੀ ਵਿਅਕਤੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਜੇਕਰ ਉਹ ਇੰਨਾ ਕੁਝ ਵੇਖਣ ਦੇ ਬਾਵਜੂਦ ਕਵੇ ਕਿ ਦੇਸ਼ ਵਿੱਚ ਤਾਂ ਵਿਕਾਸ ਬਹੁਤ ਹੋ ਰਿਹਾ ਹੈ ਦੇਸ਼ ਵਿੱਚ ਤਾਂ ਬਹੁਤ ਕਮਾਲ ਹੋ ਰਹੀ ਹੈ ਇਤਨੀਕ ਤਾਂ ਕੁਰਬਾਨੀ ਕਰਨੀ ਹੀ ਪड़ती है ਤਾਂ ਸੋਚ ਦੇ ਉੱਤੇ ਸ਼ਰਮ ਆਉਂਦੀ ਆ ਵੀ ਇਦਾਂ ਦੇ ਲੋਕ ਵੀ ਧਰਤੀ ਦੇ ਉੱਤੇ ਰਹਿੰਦੇ ਆ ਉਸ ਤੋਂ ਅਗਲੀ ਗੱਲ ਇਹ ਆ ਵੀ ਦਿੱਲੀ ਪੁਲਿਸ ਦਾ ਚਿਹਰਾ ਹੁਣ ਬੇਨਕਾਬ ਹੋਣਾ ਸ਼ੁਰੂ ਹੋ ਗਿਆ ਦਿੱਲੀ ਦੀ ਪੁਲਿਸ ਨੇ ਲੰਘੇ ਕੱਲ ਲਗਭਗ 200 ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਜਿਹੜੇ ਜਿਹੜੇ ਲੋਕ 26 ਤਰੀਕ ਦੇ ਲਾਲ ਕਿਲੇ ਦੇ ਮਾਮਲੇ ਦੇ ਵਿੱਚ ਗਏ ਸੀਗੇ ਉਸ ਦਿਨ ਪਰੇਡ ਸੀ ਇਹ ਗੱਲ ਵੱਖਰੀ ਆ ਕਿ ਟਰੈਕਟਰ ਪਰੇਡ ਜਿਹੜੀ ਬੜੇ ਸੋਹਣੇ ਤਰੀਕੇ ਨਾਲ ਹੋਈ ਉਹਦੇ ਬਾਬਤ ਗੋਦੀ ਮੀਡੀਆ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਜਿਹੜੇ ਕੁਝ ਕਿਸਾਨ ਗਏ ਲਾਲਕਲੇ ਦੇ ਵੱਲ ਤੇ ਉਹਨਾਂ ਦੀਆਂ ਫੋਟੋਆਂ ਨਸ਼ਰ ਕਰ ਕਰਕੇ ਨੋਟਿਸ ਭੇਜੇ ਜਾ ਰਹੇ ਆ ਕਾਰਵਾਈਆਂ ਕੀਤੀਆਂ ਜਾ ਰਹੀਆਂ ਇੱਕ ਦਰਜਨ ਤੋਂ ਵੱਧ ਟਰੈਕਟਰ ਆ ਜਿਹੜੇ ਉਹ ਕਿਸਾਨਾਂ ਦੇ ਹਾਲੇ ਵੀ ਥਾਣਿਆਂ ਦੇ ਵਿੱਚ ਮੰਦ ਖੜੇ ਆ ਕਈ ਕਿਸਾਨ ਲਾਪਤਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਕੋਈ ਕਿਸੇ ਜੇਲ੍ਹ ਦੇ ਵਿੱਚ ਕੋਈ ਕਿਸੇ ਜੇਲ੍ਹ ਦੇ ਵਿੱਚ ਵੱਖ-ਵੱਖ ਧਰਾਵਾਂ ਤੇ ਬੰਦ ਕੀਤੇ ਹੋਏ ਆ ਪਰ ਜਿਹੜੀ ਤਾਜ਼ਾ ਜਾਣਕਾਰੀ ਆ ਵੀ ਜਿਹੜੇ 200 ਕਿਸਾਨ ਦੀ ਫੋਟੋ ਜਾਰੀ ਕੀਤੀ ਆ ਉਹਦੇ ਵਿੱਚ ਰੁਲਦੂ ਸਿੰਘ ਮਾਨਸਾ ਜਿਹੜੇ ਕਿ ਕਿਸਾਨ ਆਗੂ ਆ ਉਹਨਾਂ ਦੀ ਫੋਟੋ ਵੀ ਸ਼ਾਮਲ ਕੀਤੀ ਗਈ ਆ ਇਹਨਾਂ ਤਸਵੀਰਾਂ ਦੇ ਵਿੱਚ ਇੰਦਰਜੀਤ ਨਿੱਕੂ ਦੀ ਤਸਵੀਰ ਵੀ ਵਾਇਰਲ ਕੀਤੀ ਗਈ ਹੈ ਹੁਣ ਇਹਨਾਂ ਦੋਹਾਂ ਵਿਅਕਤੀਆਂ ਦੇ ਵੱਲੋਂ ਨਿੱਕੂ ਦੇ ਵੱਲੋਂ ਵੀ ਤੇ ਰੁਲਦੂ ਸਿੰਘ ਮਾਨਸਾ ਦੇ ਵੱਲੋਂ ਵੀ ਇੱਕ ਸਫਾਈ ਦਿੱਤੀ ਗਈ ਹੈ ਸਪਸ਼ਟੀਕਰਨ ਦਿੱਤਾ ਗਿਆ ਰੁਲਦੂ ਸਿੰਘ ਮਾਨਸਾ ਹੋਰਾਂ ਨੇ ਕਿਹਾ ਕਿ ਅਸੀਂ ਉਹ ਲੋਕਾਂ ਜਿਹੜੇ ਕਿ ਦਿੱਲੀ ਦੀ ਪੁਲਿਸ ਦੇ ਨਾਲ ਬੈਠ ਕੇ ਰੋਡ ਮੈਪ ਦੇ ਮੁਤਾਬਕ ਗਏ ਆ ਜਿਹੜਾ ਰੂਟ ਤੈਅ ਹੋਇਆ ਅਸੀਂ ਉਹਦੇ ਉੱਤੇ ਗਏ ਆ ਕੋਈ ਵੀ ਇੱਕ ਵਿਅਕਤੀ ਜੇਕਰ ਮੇਰੀ ਵੀਡੀਓ ਦਿਖਾ ਦੇਵੇ ਕਿ ਮੈਂ 26 ਤਰੀਕ ਨੂੰ ਲਾਲ ਕਿਲੇ ਦੇ ਕੋਲੇ ਵੀ ਗਿਆ ਉੱਥੇ ਪਹੁੰਚਣਾ ਦੂਰ ਮੈਂ ਉਸ ਸੜਕ ਦੇ ਉੱਤੇ ਅੱਧਾ ਕਿਲੋਮੀਟਰ ਤੱਕ ਵੀ ਗਿਆ ਹੋਵਾਂ ਤਾਂ ਮੈਂ ਇਹਦੇ ਲਈ ਕਸੂਰਵਾਰ ਆ ਕਿਸੇ ਦੇ ਕੋਲੇ ਕੋਈ ਵੀਡੀਓ ਹੈਗੀ ਆ ਕਿਸੇ ਕੋਲੇ ਕੋਈ ਤਸਵੀਰ ਹੈਗੀ ਆ ਕਿਸੇ ਦੇ ਕੋਲੇ ਕੋਈ ਹੋਰ ਮੇਰੀ ਲੋਕੇਸ਼ਨ ਹੈਗੀ ਆ ਉਹਨੂੰ ਕਢਵਾ ਕੇ ਦਿਖ ਲਿਆ ਜਾਵੇ ਕੇਂਦਰ ਦੀ ਸਰਕਾਰ ਜਾਣ ਬੁੱਝ ਕੇ ਇਹ ਸਾਰਾ ਕੁਝ ਕਰ ਰਹੀ ਆ ਮੋਦੀ ਸਾਹਿਬ ਦੇ ਇਸ਼ਾਰੇ ਦੇ ਉੱਤੇ ਸਾਰਾ ਕੁਝ ਹੋ ਰਿਹਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਪ੍ਰਵਾਹ ਨਹੀਂ ਕਰਦਾ ਮੇਰੇ ਉੱਤੇ ਦਰਜਨਾ ਪਰਚੇ ਕਿਸਾਨਾਂ ਕਰਕੇ ਪਹਿਲਾਂ ਵੀ ਹੋਏ ਆ 12 15 ਹੋਰ ਵੀ ਕਰ ਲਓ ਪਰ ਝੂਠਾ ਇਲਜ਼ਾਮ ਨਾ ਲਾਓ ਕਿਉਂਕਿ ਆ ਖੁੰਡਾ ਜਿਹੜਾ ਇੱਕ ਹੁੰਡਾ ਵਟ ਕੱਢਣ ਵਾਸਤੇ ਰੱਖਿਆ ਉਹਨਾਂ ਦੇ ਕਹਿਣ ਮੁਤਾਬਕ ਫਿਰ ਉਸ ਤੋਂ ਬਾਅਦ ਇੰਦਰਜੀਤ ਨਿੱਕੂ ਹੋਰੀ ਫੇਸਬੁੱਕ ਦੇ ਉੱਤੇ ਲਾਈਵ ਹੋਏ ਆ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਸਾਥੀਆਂ ਦੇ ਸਮੇਂ ਟਰਾਲੀਆਂ ਲੈ ਕੇ ਗਏ 26 ਤਰੀਕ ਨੂੰ ਜਦੋਂ ਰਿੰਗ ਰੋਡ ਦੇ ਵੱਲ ਵਧੇ ਤੇ ਸਾਨੂੰ ਲੱਗਿਆ ਜੀ ਕਿ ਕੁਝ ਗਲਤ ਹੋ ਰਿਹਾ ਅਸੀਂ ਵਾਪਸ ਉੱਥੋਂ ਮੁੜ ਆਏ ਆ ਮੈਂ ਉਸ ਵੇਲੇ ਫੇਸਬੁੱਕ ਦੇ ਉੱਤੇ ਉਹਨਾਂ ਦੇ ਕਹਿਣ ਮੁਤਾਬਕ ਵਾਰ-ਵਾਰ ਲਾਈਵ ਹੋ ਕੇ ਵੀ ਗੱਲ ਦੱਸੀ ਕਿ ਅਸੀਂ ਇੱਥੇ ਪਹੁੰਚ ਗਏ ਆ ਹੁਣ ਅਸੀਂ ਇੱਥੋਂ ਵਾਪਸ ਚੱਲ ਪਏ ਆ ਐਸ ਥਾਂ ਦੇ ਉੱਤੇ ਹੈਗੇ ਆ ਕੋਈ ਇੱਕ ਵਿਅਕਤੀ ਕੋਈ ਚਸ਼ਮਦੀਤਾ ਹੋਊਗਾ ਜਿਹੜਾ ਇਹ ਗ ਮੈਂ ਕੋਲੇ ਵੀ ਖੜੇ ਦੇਖਿਆ ਮੈਂ ਉਸ ਸੜਕ ਦੇ ਉੱਤੇ ਜਾਂਦੇ ਦੇਖਿਆ ਕੇਂਦਰ ਦੀ ਸਰਕਾਰ ਦੇ ਵੱਲੋਂ ਦਿੱਲੀ ਦੀ ਪੁਲਿਸ ਦੇ ਵੱਲੋਂ ਲੋਕਾਂ ਦੇ ਕਿਸਾਨਾਂ ਦੇ ਹੌਸਲੇ ਪਸਤ ਕਰਨੇ ਖਾਤਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਨਿੱਕੂ ਦੇ ਕਹਿਣ ਮੁਤਾਬਕ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਬੇਸ਼ੱਕ ਪਰਚੇ ਦਰਜ ਕਰਨੇ ਕਰ ਲੋ ਕੋਈ ਗੱਲ ਨਹੀਂ ਇਸ ਤੋਂ ਪਹਿਲਾਂ ਵੀ ਕਈ ਖਬਰਾਂ ਇਹੋ ਜੀਆਂ ਆਈਆਂ ਕਿਉਂਕਿ ਜਿਹੜੇ ਹੁਣ ਕਿਸਾਨ ਛੁੱਟ ਕੇ ਆਏ ਆ ਲੰਘੇ ਕੱਲ ਪੰਜ ਕਿਸਾਨ ਤਿਹਾਰ ਜੇਲ ਦੇ ਵਿੱਚੋਂ ਆਏ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਲੀਗਲ ਟੀਮ ਜਿਹੜੀ ਬਣਾਈ ਗਈ ਆ ਉਹਦੇ ਵੱਲੋਂ ਕਿਸਾਨਾਂ ਦੇ ਇਸ ਵਕਤ ਵਿਚਾਰ ਵੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਜੇਲਾ ਦੇ ਵਿੱਚੋਂ ਲਿਆਉਣ ਦੇ ਲਈ ਕਾਨੂੰਨੀ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਉਹਨਾਂ ਦੀ ਕੇਸਾਂ ਦੀ ਪੈਰਵੀ ਕੀਤੀ ਜਾ ਰਹੀ ਹੈ ਉਹਨਾਂ ਪੰਜਾਂ ਦੇ ਵਿੱਚੋਂ ਤਿੰਨ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਸਾਡੇ ਉੱਤੇ ਅਤਿਆਚਾਰ ਕਿਵੇਂ ਹੋਇਆ। ਉਹਨਾਂ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਤਿਹਾਰ ਜੇਲ੍ਹ ਦੇ ਵਿੱਚ ਲਾ ਜਾ ਕੇ ਨਾਲੇ ਤਾਂ ਕੁੱਟਦੇ ਸੀ। ਨਾਲੇ ਇਹ ਗੱਲ ਕਹਿੰਦੇ ਸੀ ਵੀ ਤੁਸੀਂ 2.5 250 ਰੁਪਏ ਦੇ ਉੱਤੇ ਲਿਆਂਦੇ ਹੋਏ ਉਹ ਲੋਕਾਂ ਜਿਨ੍ਹਾਂ ਦਾ ਖੇਤੀ ਕਾਨੂੰਨ ਦੇ ਨਾਲ ਕੋਈ ਸਬੰਧ ਨਹੀਂ ਤੁਸੀਂ ਪਹਾੜੇ ਦੇ ਲੋਕਾਂ ਕਿਸਾਨਾਂ ਨੇ ਇਹ ਗੱਲ ਕਈ ਵੀ ਜਦੋਂ ਅਸੀਂ ਇਹ ਆਖਿਆ ਕਿ ਸਾਨੂੰ ਸਾਡੀਆਂ ਫਸਲਾਂ ਦਾ ਸਾਡੇ ਖੇਤਾਂ ਦਾ ਖਤਰਾ ਹੈਗਾ ਅਸੀਂ ਕੋਈ ਵਿਕੇ ਹੋਏ ਨਹੀਂ ਆ ਅਸੀਂ ਕੋਈ ਦਲਾਲ ਨਹੀਂ ਗਏ ਨਾ ਹੀ ਅਸੀਂ ਕੋਈ ਸਰਕਾਰਾਂ ਦੀ ਝੋਲੀ ਚੱਕਾਂ ਤੇ ਨਾ ਹੀ ਅਸੀਂ ਕੋਈ ਚੋਣ ਲੜਦੀਆਂ ਤੇ ਨਾ ਹੀ ਕਿਸੇ ਦੀ ਜਨੂਨੀ ਭਗਤੀ ਅਸੀਂ ਕਰਨ ਵਾਲੇ ਆ ਅਸੀਂ ਤਾਂ ਹੱਕ ਤੇ ਸੱਚ ਦੀ ਗੱਲ ਕਰਦੇ ਆ ਸਾਡੇ ਖੇਤਾਂ ਨੂੰ ਖਤਰਾ ਉਹ ਹੋਰ ਜ਼ਿਆਦਾ ਘਟਦੇ ਸੀ ਫਿਰ ਕਹਿੰਦੇ ਸੀ ਤੁਸੀਂ ਤਿਰੰਗੇ ਦਾ ਅਪਮਾਨ ਕੀਤਾ ਕਿਸਾਨਾਂ ਨੇ ਇਹ ਗੱਲ ਕਈ ਵੀ ਅਸੀਂ ਆਖਿਆ ਸੀ ਕੋਈ ਤਿਰੰਗੇ ਦਾ ਅਪਮਾਨ ਨਹੀਂ ਕੀਤਾ ਨਾ ਅਸੀਂ ਤਿਰੰਗਾ ਲਾਇਆ ਨਾ ਅਸੀਂ ਝੁਕਾਇਆ ਨਾ ਉਹਦੇ ਬਰਾਬਰ ਕਿਤੇ ਲਾਇਆ ਅਸੀਂ ਤਾਂ ਆਪਦੀ ਗੱਲ ਕਰਨ ਗਏ ਸੀਗੇ ਤੇ ਲਾਲ ਕਿਲੇ ਦੇ ਉੱਤੇ ਜਾ ਕੇ ਤੁਸੀਂ ਕਹਿੰਦੇ ਵੀ ਐਦਾਂ ਕੀਤਾ ਉਦਾਂ ਕੀਤਾ ਸਾਨੂੰ ਤੁਸੀਂ ਫੜਿਆ ਕਿੱਥੋਂ ਆ ਫੜਿਆ ਤੁਸੀਂ ਸਾਨੂੰ ਬਰਾੜੀ ਦੇ ਮੈਦਾਨ ਦੇ ਵਿੱਚੋਂ ਆ ਫੜਿਆ ਤੁਸੀਂ ਸਾਨੂੰ 27 ਤਰੀਕ ਨੂੰ 28 ਤਰੀਕ ਨੂੰ ਆ ਗੱਲ 26 ਦੀ ਕਰ ਰਹੇ ਹਾਂ ਲੰਗਰ ਸ਼ਕਦਰ ਨੂੰ ਤੁਸੀਂ ਸਾਨੂੰ ਫੜ ਲੈਨੇ ਹੋ ਕਹਿਣ ਦਾ ਭਾਵ ਇਹ ਆ ਕਿ ਦਿੱਲੀ ਦੀ ਪੁਲਿਸ ਇੰਨਾ ਕੋਝੀਆਂ ਹਰਕਤਾਂ ਦੇ ਉੱਤੇ ਆ ਗਈ ਹੈ ਵੀ ਕਿਸਾਨਾਂ ਦੇ ਮਨੋਬਲ ਨੂੰ ਇਸ ਵਕਤ ਡਾਊਨ ਕੀਤਾ ਜਾਵੇ ਤਾਂ ਜੋ ਆਪਣੇ ਮਸਲੇ ਹੱਲ ਕੀਤੇ ਜਾ ਸਕਣ ਉਸ ਤੋਂ ਅਗਲੀ ਗੱਲ ਹੈਗੀ ਗੁਰਨਾਮ ਸਿੰਘ ਚੜੂਨੀ ਹੋਰਾਂ ਦੀ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਇਹ ਗੱਲ ਕਹੀ ਹੈ ਵੀ ਪੁਲਿਸ ਕਰ ਰਹੀ ਹੈ ਅਤਿਆਚਾਰ ਤੁਹਾਨੂੰ ਕਿਤੇ ਵੀ ਪੁਲਿਸ ਘਰ ਦੇ ਵਿੱਚ ਨੋਟਿਸ ਦੇਣ ਆਉਂਦੀ ਹੈ ਉਹਨੂੰ ਘੇਰਾ ਪਾ ਲੋ ਪੂਰਾ ਟੱਬਰ ਪੂਰਾ ਪਿੰਡ ਘੇਰਾ ਪਾ ਲੋ ਉਨੀ ਦੇਰ ਤੱਕ ਪੁਲਿਸ ਮੁਲਾਜ਼ਮ ਵਾਪਸ ਨਹੀਂ ਜਾਣ ਦੇਣੇ ਜਿੰਨੀ ਦੇਰ ਤੱਕ ਜ਼ਿਲ੍ਹਾ ਪ੍ਰਸ਼ਾਸਨ ਨਾ ਆਵੇ ਤੇ ਜ਼ਿਲ੍ਹਾ ਪ੍ਰਸ਼ਾਸਨ ਲਿਖਤੀ ਤੌਰ ਦੇ ਉੱਤੇ ਯਕੀਨ ਨਾ ਦਿਵਾਵੇ ਕਿ ਅੱਜ ਤੋਂ ਬਾਅਦ ਤੁਹਾਡੇ ਪਿੰਡ ਦੇ ਵਿੱਚ ਇਹ ਪੁਲਿਸ ਵੜੂਗੀ ਨਹੀਂ ਸੋ ਉਹਨਾਂ ਨੇ ਇਹ ਗੱਲ ਕਹੀ ਆ ਪਰ ਉਹਨਾਂ ਨੇ ਕਿਹਾ ਹਿੰਸਾ ਨਹੀਂ ਫਲਾਉਣੀ ਕੁੱਟਮਾਰ ਨਹੀਂ ਕਰਨੀ ਰੋਟੀ ਪਾਣੀ ਛਕਾਉਣਾ ਉਹਨਾਂ ਨੂੰ ਬਿਠਾ ਲੈਣਾ ਕੋਈ ਬੰਨਣਾ ਨਹੀਂਗਾ ਉਹਨਾਂ ਨੂੰ ਉਸ ਤੋਂ ਅਗਲੀ ਗੱਲ ਹੈਗੀ ਨਰੇਸ਼ਟ ਕੈਤਰੀ ਜਿਹੜੇ ਕਿ ਰਕੇਸ਼ਟ ਕੈਤਰੀ ਭਰਾ ਹੈਗੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਜਪਾ ਦੇ ਵਿੱਚ ਕਿਸੇ ਵੀ ਵਿਅਕਤੀ ਦੇ ਉੱਤੇ ਮਰਗ ਦੇ ਨਿੱਜੀ ਪ੍ਰੋਗਰਾਮ ਦੇ ਉੱਤੇ ਜੇਕਰ ਭਾਜਪਾ ਦੇ ਆਗੂ ਨੂੰ ਸੱਜਿਆ ਜਾਊਗਾ ਤਾਂ ਉਹਨੂੰ ਇੱਕ ਜੁਰਮਾਨਾ ਕਰਾਂਗੇ ਸਾਡੇ 100 ਵਲੰਟੀਅਰ ਨੂੰ ਰੋਟੀ ਪਾਣੀ ਸਿਖਾਉਣਾ ਪਊਗਾ ਉਹਨਾਂ ਨੂੰ ਉਹਨਾਂ ਨੇ ਕਿਹਾ ਇਹਨੂੰ ਬੇਨਤੀ ਮੰਨ ਲਓ ਇਹਨੂੰ ਜੁਰਮਾਨਾ ਮੰਨ ਲਓ ਇਹਨੂੰ ਦੰਡ ਮੰਨ ਲਓ ਇਹ ਤੁਹਾਡੀ ਮਰਜ਼ੀ ਹੈ ਪਰ ਕਿਉਂਕਿ ਸਾਡੇ ਲੋਕਾਂ ਦੀ ਇੱਕ ਆਦਤ ਆ ਆਪਦੇ ਨਿੱਜੀ ਜਿਹੜੇ ਪ੍ਰੋਗਰਾਮ ਹੁੰਦੇ ਵਿਆਹ ਦੇ ਜਨਮ ਦਿਨ ਦੇ ਖੁਸ਼ੀ ਦੇ ਗਮੀ ਦੇ ਉਹਦੇ ਵਿੱਚ ਵੀ ਲੀਡਰਾਂ ਨੂੰ ਸਦਕੇ ਆਪਾਂ ਕਲਰ ਉੱਚੀ ਕਰਨੀ ਹੁੰਦੀ ਹੈ ਵੀ ਦੇਖੋ ਆਪਣੀ ਕਿੰਨੀ ਪਹੁੰਚ ਹੈ ਇਸ ਚੱਕਰ ਦੇ ਵਿੱਚ ਹੀ ਵਸੇ ਤਾਂ ਆਪਣਾ ਘੋਗਾ ਚੱਤ ਹੋਈ ਜਾਂਦਾ ਕਈ ਲੋਕਾਂ ਦਾ ਪਰ ਇਸ ਗੱਲ ਤੋਂ ਉੱਤੇ ਉੱਠਣ ਦੀ ਲੋੜ ਹੈ ਕਹਿਣ ਦਾ ਭਾਵ ਇਹ ਆ ਵੀ ਜਿਹੜੀਆਂ ਤੁਹਾਨੂੰ ਸਾਰੀਆਂ ਗੱਲਾਂ ਦੱਸੀਆਂ ਇਸ ਤੋਂ ਸਿੱਟਾ ਕੀ ਨਿਕਲਦਾ ਵੀ ਕੇਂਦਰ ਦੀ ਸਰਕਾਰ ਦਾ ਹੱਠੀ ਰਵਈਆ ਬਰਕਰਾਰ ਹੈ ਕੇਂਦਰ ਦੀ ਸਰਕਾਰ ਕਿਸਾਨ ਮਸਲਿਆਂ ਦੇ ਉੱਤੇ ਹਾਲੇ ਤੱਕ ਗੰभीर ਨਹੀਂ ਉਹਨਾਂ ਦੀ ਨਜ਼ਰ ਦੇ ਵਿੱਚ ਗੱਲ ਇਹ ਆ ਵੀ ਕਿਸਾਨ ਆ ਜਿਹੜੇ ਉਹ ਜ਼ਿੱਦੀ ਆ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਇਹਨਾਂ ਚੋਣਾਂ ਦੇ ਵਿੱਚ ਫਿਲਮ ਦਾ ਟ੍ਰੇਲਰ ਸੀ ਭਾਵੇਂ ਕਿਉਂਕਿ ਵਿਰੋਧੀ ਪਾਰਟੀਆਂ ਵੀ ਕਹਿੰਦੀਆਂ ਪਰ ਉਹ ਕਹਿੰਦੇ ਵੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਿ ਸਾਨੂੰ ਪਤਾ 2022 ਦੇ ਵਿੱਚ ਅਸੀਂ ਕਿਵੇਂ ਜਿੱਤਣਾ ਜਿਨੇ ਜੀਨੋ ਮਰਜ਼ੀ ਵੋਟ ਪਾਈ ਹੋਵੇ ਜਿਹੜਾ ਜਿਹੜੀ ਮਰਜ਼ੀ ਦਾ ਮੁਤਾਬਕ ਭਗਤ ਹੋਵੇ ਕਿਸੇ ਵੀ ਪਾਰਟੀ ਦਾ ਕੋਈ ਕਿਸੇ ਦੇ ਲਈ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦਾ ਪਰ ਸੋਚਣਾ ਵਿਚਾਰਨਾ ਬਣਦਾ ਕਿ ਕਿਸਾਨੀ ਸੰਘਰਸ਼ ਨੂੰ ਕਿੰਨਾ ਸਮਾਂ ਹੋ ਗਿਆ ਲਗਭਗ 3 ਮਹੀਨੇ ਹੋਣ ਵਾਲੇ ਆ ਕੁਝ ਦਿਨਾਂ ਤੱਕ 3 ਮਹੀਨੇ ਹੋ ਜਾਣੇ ਆ ਤੇ ਮਾਮਲਾ ਉੱਥੇ ਦਾ ਉੱਥੇ ਆ ਮੋਦੀ ਸਾਹਿਬ ਤੇ ਕਿਸਾਨਾਂ ਦਰਮਿਆਨ ਇੱਕ ਫੋਨ ਕਾਲ ਦੀ ਦੂਰੀ ਹੈ ਜਿਹੜੀ ਕਿ ਹਾਲੇ ਤੱਕ ਮੁਕੀ ਨਹੀਂ ਸੋ ਕਿਸਾਨ ਸੰਘਰਸ਼ ਦਾ ਅਸੀਂ ਕੀ ਸਿੱਟਾ ਦੇਖਦੇ ਆ ਇਹ ਸਭ ਦੀ ਆਪੋ ਆਪਣੀ رائے ਆ ਸਭ ਦੀ ਆਪੋ ਆਪਣੀ ਧਾਰਨਾ ਪਰ ਇਸ ਵਕਤ ਕਿਸਾਨ ਡਟੇ ਹੋਏ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਤੇ ਇਹੀ ਗੱਲ ਤਸੱਲੀ ਦੀ ਪ੍ਰਤੀਕ ਹੈ ਸੋ ਜਦੋਂ ਵੀ ਕੋਈ ਹੋਰ ਜਾਣਕਾਰੀ ਆਈ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਹੁਣ ਜੋ ਆ ਗਿਆ ਬਹੁਤ ਬਹੁਤ ਮਿਹਰਬਾਨੀ